ਮਜਬੂਰੀ ਆ ਕਿਉਂਕਿ ਖਹਿਰਾ ਸਾਹਿਬ ਆਪ ਇੱਕ ਇੰਟਰਵਿਊ ਚ ਬੋਲੇ ਆ ਕਿ ਇਹ ਜਿੰਨੇ ਰਿਟਾਇਰਡ ਜੱਜ ਕਮਿਸ਼ਨ ਦੇ ਚੇਅਰਮੈਨ ਲੱਗਦੇ ਆ ਫਰੈਂਡਲੀ ਕਮਿਸ਼ਨ ਹੁੰਦੇ ਆ, ਗਿਵ ਐਂਡ ਟੇਕ ਕਮਿਸ਼ਨ ਹੁੰਦਾ ਬਣਾਉਣ ਦਾ ਕੰਮ, ਜਿਹੜੇ ਕੰਮ ਕਰਨਗੇ ਉਹ ਉਹਨਾਂ ਦੇ ਰਣਜੀਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਨਜ਼ਦੀਕੀ ਜਿਹੜੇ ਉਹਨਾਂ ਦੇ ਹੈਗੇ ਖਹਿਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁੱਦੇ ਤੇ ਜਿਹੜੇ ਲੋਕ ਅੱਜ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ ਕਿੰਨੇ ਪਾਵਨ ਸੰਜ ਵੀ ਪੂਰੀ ਕਰ ਰਹੇ ਆ, ਉਹਨਾਂ ਦੇ ਆਖੇ ਤੇ ਪੈਸੇ ਦਿੱਤੇ ਤੇ ਆਪਦਾ ਧਰਨਾ ਵੀ ਚਲਾ ਰਿਹਾ, ਉਹਦਾ ਵੀ ਜਾਹਰ ਕੀਤੀ ਆ ਤੇ ਇਹ ਸਪਸ਼ਟ ਵੀ ਕੀਤਾ ਕਿ ਇਹ ਜੇ ਪੰਜਾਬ ਨੂੰ ਵੰਡਣ ਦੀ ਉਹ ਮੇਰਾ ਵੀਰ ਉਹ ਤਾਂ ਸਪਸ਼ਟ ਹੀ ਹੋ ਗਈ ਨਾ, ਦੇਖੋ ਉਹ ਆਪਣਾ ਖਹਿਰਾ ਸਾਹਿਬ ਨਾਲ ਇਨਵੋਲਵ ਹੁੰਦੇ ਆ ਫਰੈਂਡਲੀ, ਇਹ ਜਿਹੜੇ ਜੱਜਸ ਹੈ ਐਕਸ ਜੱਜਸ ਮੈਂ ਸਾਰੇ ਬੜੇ ਸਤਿਕਾਰਯੋਗ ਜੱਜ ਨੇ, ਮਗਰ ਜਿਹੜੇ ਮੰਥਲੀ ਸੈਲਰੀ ਜਦ ਸਰਕਾਰ ਪੇ ਕੇ ਤੇ ਸੁਭਾਵਿਕ ਹੈ ਉਹ ਤਾਂ ਕੰਪਰੋਮਾਈਜ਼ ਦੀ ਕੰਪਰੋਮਾਈਜ਼, ਮਾਹੌਲ ਖਰਾਬ ਕਰਨ ਵਾਲੇ ਕਾਂਗਰਸੀ ਸੀ, ਅੱਜ ਵੀ ਉਹੀ ਅੱਗ ਨਾਲ ਪੰਜਾਬ ਦੇ ਕਾਂਗਰਸੀ ਆਪਦੀ ਛੋਟੀ ਸਿਆਸੀ ਸੋਚ ਕਰਕੇ ਸ਼੍ਰੋਮਣੀ ਅਕਾਲੀ ਦਲ ਫੰਡਿੰਗ ਦੀ ਜਾਂਚ ਕਰਾਉਣ ਵਾਸਤੇ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਡੈਲੀਗੇਟ ਮਿਲਣ ਜਾ ਰਿਹਾ ਤੇ ਉਹ ਐਕਸਪੋਜ਼ ਹੋਵੇ ਕਿ ਪੰਜਾਬ ਸਰਕਾਰ ਸੱਚੀ ਉਹਦੇ ਖਿਲਾਫ਼ ਸ਼ਿਕਾਇਤ ਹੋਈ ਹੈ ਕਿ ਅਸੀਂ ਇਹਦੇ ਨਾਲ ਨਹੀਂ ਬਹਿਣਾ, ਇਹਦੇ ਹਾਲਾਤ ਗੰਭੀਰ ਬਣੇ ਰਹਿੰਦੇ, ਮਗਰ ਇੱਕ ਮੈਂ ਉਹ ਬੇਨਤੀ ਕਰ ਰਿਹਾ ਉਹ ਮੈਂ ਉਸੇ ਗੱਲ ਤੇ ਆ ਰਿਹਾ ਜੀ, ਦਸਤਾਰ ਦਾ ਸਤਿਕਾਰ ਹਰੇਕ ਪੰਜਾਬੀ ਵੀ ਕਰਦਾ ਹਰੇਕ ਇਨਸਾਨ ਵੀ ਕਰਦਾ, ਕਿਉਂਕਿ ਜੋ ਕੁਰਬਾਨੀ ਜੋ ਯੋਗਦਾਨ ਪੰਜਾਬ ਦੇ ਲੋਕਾਂ ਨੇ ਇੱਕ ਸਿੱਖ ਨੇ ਇੱਕ ਪੰਜਾਬੀ ਨੇ ਇਸ ਦੇਸ਼ ਵਾਸਤੇ ਦਿੱਤਾ, ਜੋ ਸ਼ਹਾਦਤਾਂ ਦਿੱਤੀਆਂ ਨੇ ਉਹ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ, ਇਸ ਲਈ ਉਹਦਾ ਸਤਿਕਾਰ ਤਾਂ ਹਮੇਸ਼ਾ ਹੀ ਬਣਦਾ।